स्वागत करते हाँ जी तुहाडा PRV टुडे न्यूज चैनल ते। लुटेरां दे दिनों दिन वध रहे हौसले, आए दिन लुटेरे किसी ना किसी घटना नूं अंजाम दिंदे नज़र आउंदे हन। लुटेरां दे हौसले इन्ने बुलंद हो गए हन कि आए दिन किसी ना किसी घटना नूं अंजाम दिंदे रहिंदे हन। अजिही ही घटना एक मोगे दे नेड़ले पिंड दौलतपुरा विच वेखण नूं आई है, जिथे कि लुटेरां ने इको रात दे विच कई मोटरां दीआं तारां चोरी करके मोटरां नूं सुन्नियां कर दिता है। पीड़ित किसानां ने पत्रकारां नूं जानकारी दिंदिआं कहा कि असीं नज़दीकी पैंदे थाणे घल कलां विच दरखास्त दे दित्ती है। आ जांदी है उधरों पटदे ते इहनूं तुरे आउंदे, इहनूं पटदे तुरे जांदे आ जी। जिहड़ी अंदर आउंदी आ उह वी बाहरों खिच लैंदे आ, बरोबर करके वढ लैंदे आ, बरोबर करके। हुण अज भी चार पाँच मोटर दियाँ तारा लै गई हूँ। असी तो यही बेनती करते हैं प्रशासन मूहरे भी यहोजे चोरों के नत्थ पाई जाए। इदा हला हो गया इतों तारा हूँ, जिम्मे अज मेरे लत्थी आ 4,000 की लैके पाई आ तार। अब जिन्हें भी वीर खड़े इतने सबका सरपंच बलदेव सिंह, फिर गुरमेल सिंह मैंबर पंचायत, ये अपना काला सिंह बाठ, भिंदा सिंह समरा सरपंच, मौजूदा धीर सिंह, शीरा सिंह आ मुंडा साडा जिहड़ा काम करदा वो खड़ाई करके, तो असी बहुत तंग आए पए हाँ। हुण असी एक आपदा ही एक तैयार किया भी दो बंदे रख लीए पहरे ते, असी दो बंदे साडे पहरा दिया करनगे। साडी जिहड़ी पई जांदी आ मोटरां दी राह, कोई भी बंदा गैर पिंड दा बंदा जां दूजा फड़िया गया, असी उहनूं बन्न लैणा। बन्न के उहदी छाणबीण करन तों बाद दसणा भी तूं की चीज़ आ, उहदी पंचायत आऊगी दसूगी भी इह चोर आ कि साध आ। इस करके असी बहुत अक्के पए हाँ। घट तों घट 20,000 दा नुकसान अज होया, ਜਿਹੜਾ ਕਿ ਉਹਨਾਂ ਨੇ ਵੱਧ ਤੋਂ ਵੱਧ 5,000 ਦੀਆਂ ਤਾਰਾਂ ਦਾ ਜਿਹੜਾ ਮੁੱਲ ਵੱਟਿਆ ਹੋਊਗਾ। ਅਤੇ ਅੱਜ 10 ਵਜੇ ਬਿਜਲੀ ਆਉਣੀ ਸੀਗੀ, ਅਤੇ ਜੇ ਵਾਹ ਸਾਡੇ ਪਿੰਡੋਂ ਤਾਰਾਂ ਮਿਲ ਜਾਂਦੀਆਂ ਸਾਰਿਆਂ ਨੇ ਲਿਆ ਕੇ ਪਾਈਆਂ। ਇਹ ਜਿਹੜਾ ਜੀ ਹੱਲਾ ਨਾ ਹਫ਼ਤੇ ਦੇ ਵਿੱਚ ਅੱਜ ਇੱਧਰ ਅਗਲੇ ਹਫ਼ਤੇ ਨੂੰ ਦੂਜੇ ਪਾਸੇ ਹੋ ਜਾਂਦਾ ਵੀ ਹਫ਼ਤੇ ਦੇ ਵਿੱਚ ਇੱਕ ਪਾਸੋਂ ਤਾਰਾਂ ਲੈਣੀਆਂ ਹੀ ਲੈਣੀਆਂ ਸਾਰੇ ਪਿੰਡ ਦੀਆਂ ਤਾਰਾਂ, ਸਾਰੇ ਪਿੰਡ ਤੋਂ। ਬਸ ਇੰਨੇ ਦੁਖੀ ਆ ਨਾ ਇਹਨਾਂ ਚੋਰਾਂ ਤੋਂ ਛੱਡ ਹੀ ਗਏ। ਹੁਣ ਕਿੰਨੇ ਘਰਾਂ ਦੀਆਂ ਤਾਰਾਂ ਲੱਥ? ਹੁਣ ਵੀ 5-7 ਘਰਾਂ ਦੀਆਂ ਜੀ ਹੁਣ ਲੈ ਗਈਆਂ। ਅਸੀਂ ਤੁਹਾਡੇ ਚੈਨਲ ਦੇ ਮਾਧਰਮ ਰਾਹੀਂ ਨਾ ਜਿਹੜੇ ਇਹਨਾਂ ਤੋਂ ਤਾਰਾਂ ਖਰੀਦਦੇ ਆ ਜਿਹੜੇ ਕਬਾੜੀਏ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਹਾਂ ਵੀ ਭਰਾਵੋ ਅਸੀਂ ਛਾਣਬੀਣ ਕਰ ਰਹੇ ਹਾਂ, ਜੇ ਤੁਹਾਡੇ ਕੋਲੋਂ ਸਾਡੀਆਂ ਤਾਰਾਂ ਚੋਰੀ ਦੀਆਂ ਫੜੀਆਂ ਗਈਆਂ ਤੇ ਤੁਹਾਡੇ ਵੀ ਉਹ ਛਤਰਪਤਾਨ ਹੋਊਗਾ, ਤੇ ਨਾਲੇ ਤੁਹਾਡੇ ਤੇ ਜਿਹੜੀ ਬਣਦੀ ਕਾਰਵਾਈ ਉਹ ਤੁਹਾਡੇ ਤੇ ਹੋਊਗੀ, ਜ਼ਿੰਮੇਵਾਰ ਤੁਸੀਂ ਆਪ ਹੈ। ਹੁਣ ਤੁਸੀਂ ਆਪ ਦੇਖ ਲਓ ਵੀ ਬਈ ਕਿੰਨਾ ਨੁਕਸਾਨ ਜ਼ਿਮੀਂਦਾਰਾਂ ਦਾ ਹੋਇਆ ਪਿਆ। 5,000 ਦੀਆਂ ਸਰਪੰਚ ਸਾਹਿਬ ਨੇ ਅੱਜ ਹੀ 4,200 ਦੀ ਤਾਰ ਪਾਈ ਹੈ ਲਿਆ ਕੇ ਜੀ, ਆਹ ਦੇਖ ਲਓ ਇੱਥੋਂ ਲੈ ਕੇ ਆਏ ਪਾਣੀ ਅੱਗੇ ਨਹੀਂ, 3,500 ਦੀ ਤਾਰ ਮੈਂ ਲਿਆ ਕੇ ਪਾਈ ਹੈ ਜੀ। ਅਤੇ ਜੇ ਹੁਣ ਕਿਸੇ ਕਬਾੜੀਏ ਕੋਲੋਂ ਵੀ ਉਹ ਤਾਰਾਂ ਫੜੀਆਂ ਗਈਆਂ ਤਾਂ ਜ਼ਿੰਮੇਵਾਰ ਉਹ ਆਪਦਾ ਆਪ ਹੈ ਜੀ। ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਚੋਰਾਂ 'ਤੇ ਨੱਥ ਪਾਈ ਜਾਵੇ, ਠੀਕ ਆ, ਅਤੇ ਉਹ ਬੰਦੇ ਫੜੇ ਜਾਣ। ਬਾਕੀ ਪੁਲਿਸ ਵਾਲਿਆਂ ਨੂੰ ਅਸੀਂ ਵੀ ਇਹ ਵੀ ਬੇਨਤੀ ਕਰਦੇ ਹਾਂ ਵੀ ਜਦੋਂ ਉਹ ਨਾਕੇ 'ਤੇ ਗੇੜਾ ਮਾਰਦੇ ਆ, ਜੇ ਆਉਂਦੇ ਆ ਜਾਂਦੇ ਆ, ਉਹ ਵਾਰਨਿੰਗ ਵੀ ਦੇ ਸਕਦੇ ਜਿਹੜੇ ਬੰਦੇ ਜਦੋਂ 10 ਵਜੇ ਤੋਂ ਬਾਹਰ ਤੁਰੇ ਫਿਰਦੇ ਆ, ਗੈਰ ਬੰਦੇ ਤੁਰੇ ਜਿਹੜੇ ਗੈਰ ਬੰਦੇ ਤੁਰੇ ਫਿਰਦੇ ਆ ਉਹਨਾਂ ਨੂੰ ਰੋਕ ਰੋਕ ਕਰਨ ਕਰਕੇ ਜਾ ਕੇ, ਕਿਉਂਕਿ ਸਾਡਾ ਜਿਹੜਾ ਪਿੰਡ ਆ ਇਹ ਕਸਬਾ ਹੈ, ਇੱਕ ਸ਼ਹਿਰੀ ਤੌਰ 'ਤੇ ਸ਼ਹਿਰ ਬਣਿਆ ਹੋਇਆ ਦੌਲਤਪੁਰ ਦੋਨੇ ਉੱਚੇ ਨੀਵੇਂ ਆ, ਇੱਥੇ ਆਮ ਪਬਲਿਕ ਘੁੰਮਦੀ ਰਹਿੰਦੀ ਆ, ਅਤੇ ਇਹ ਫਿਰ ਇਹ ਜਿਹੜੇ ਚੋਰ ਚੱਪੇ ਆ ਸਾਡੇ ਪਹਿਲਾਂ ਜ਼ਿਲ੍ਹੇ ਗੇੜਾ ਮਾਰ ਜਾਂਦੇ ਆ ਕੇ ਅਤੇ ਰਾਤ ਨੂੰ ਇਹ ਕੰਮ ਕਰਦੇ ਆ, ਬਹੁਤ ਹੀ ਜ਼ਿਆਦਾ ਅੱਕੇ ਪਏ ਆ। ਜਿਹੜੇ ਬੰਦੇ ਨੇ ਠੇਕੇ 'ਤੇ ਜ਼ਮੀਨ ਲਈ ਉਹਨੇ ਵਿਚਾਰਿਆਂ ਨੇ ਪੰਚਾਇਤ ਦੀ ਜ਼ਮੀਨ ਠੇਕੇ 'ਤੇ ਲਈ ਆ, ਪੰਚਾਇਤ ਨੇ ਠੇਕਾ ਸਾਰਾ ਪਹਿਲਾਂ ਜਮ੍ਹਾਂ ਕਰਾ ਲਿਆ, ਹੁਣ ਸਰਪੰਚ ਸਾਹਿਬ ਕਿੱਥੋਂ ਪੈਸੇ ਦੇਣ ਅਤੇ ਕਿੱਥੋਂ ਉਹਨਾਂ ਨੇ ਗਾਂਹ ਖਾਤੇ ਜਮ੍ਹਾਂ ਕਰਾਤੇ ਆ, ਇਹ ਕੋਲੋਂ ਲਿਆ ਅਗਲੇ ਠੇਕੇ ਦੇ ਵਿੱਚ, ਪਤਾ ਨਹੀਂ ਕਿਸ ਤਰ੍ਹਾਂ ਦੇ ਨਾਲ ਹੋਊ ਜਾਂ ਨਹੀਂ ਹੋਊਗੀ। ਅਜੇ ਪਾਣੀ ਦਾ ਬਹੁਤ ਮੰਦਾ ਹਾਲ ਹੈ ਝੋਨੇ ਦਾ, ਪਾਣੀ ਤਾਂ ਅੱਗੇ ਨਹੀਂ ਪੂਰਾ ਆਉਂਦਾ ਗਾ, ਉਹ ਨਾਗਾ 2-2 ਘੰਟੇ ਤਾਂ ਲਾਈਟ ਮਰ ਜਾਂਦੀ, ਜੋ ਤਾਰਾਂ ਵੱਢ ਕੇ ਲੈ ਜਾਂਦੇ ਆ ਕਈ ਵਾਰੀ ਸਾਰਾ ਨਾਗਾ ਹੀ ਮਰ ਜਾਂਦਾ, ਪਾਣੀ ਦੇ ਅੱਗੇ ਬਹੁਤ ਤੋੜ ਆਈ ਵੀ ਆ। ਅਸੀਂ ਇਹੀ ਬੇਨਤੀ ਕਰਦੇ ਹਾਂ ਅਤੇ ਜਿਹੜਾ ਵੀ ਬੰਦਾ ਨਜਾਇਜ਼ ਫੜਿਆ ਗਿਆ ਉਹਦੇ 'ਤੇ ਬਣਦੀ ਕਾਰਵਾਈ ਹੋਊਗੀ ਜੀ। ਇਹ ਤਾਂ ਬਹੁਤ ਮੁਸ਼ਕਲ ਆ, ਪਾਉਣੀਆਂ ਮਹਿੰਗੀਆਂ ਬੜੀਆਂ ਆਉਂਦੀਆਂ, ਇੱਕ ਤਾਰਾਂ ਇੱਕ ਲਾਈਟ 5-6 ਘੰਟੇ ਲਾਈਟ ਮਸਾਂ ਆਉਂਦੀ ਆ, ਅੱਜ ਵੇਖ ਲਓ ਵੀ 5-6 ਘੰਟੇ ਲਾਈਟ ਮਰ ਜੇ, ਇੱਕ ਨਾਗਾ ਮਰ ਜੇ ਤਾਂ ਤੁਹਾਨੂੰ ਪਤਾ ਜ਼ਿੰਮੇਦਾਰ ਦਾ ਕੀ ਹਾਲ ਹੋ ਜਾਂਦਾ। ਅੱਗੇ ਤੇਰੀਆਂ ਕਿੰਨੀਆਂ ਮੋਟਰਾਂ ਦੀਆਂ ਲੱਥੀਆਂ ਆਈ ਜਾਂਦੇ ਆ, 2 ਮੋਟਰਾਂ ਦੀਆਂ ਲੈ ਕੇ ਗਏ ਜੀ ਤਾਰਾਂ ਅੱਗੇ ਲਾ ਕੇ। ਉਹ ਫੜੇ ਨਹੀਂ ਗਏ ਕੋਈ ਵੀ ਚੋਰ ਹਜੇ ਤੱਕ? ਹਾਲੇ ਤੱਕ ਕੋਈ ਨਹੀਂ ਜੀ ਫੜਿਆ ਗਿਆ, ਆਉਂਦੇ ਰਾਤ ਨੂੰ ਪਤਾ ਨਹੀਂ ਲੱਗਦਾ ਗਾ, ਪਤਾ ਨਹੀਂ ਅੱਧੀ ਰਾਤ ਆਉਂਦੇ ਆ ਕਿ ਤੜਕੇ ਆਉਂਦੇ ਆ। ਅਸੀਂ ਪਿਛਲੀ ਵਾਰ 5 ਵਜੇ ਕੱਦੂ ਕਰਕੇ ਆਏ ਸੀ ਤੇ ਅਸੀਂ ਦੁਬਾਰਾ 7 ਵਜੇ ਗਏ, 7 ਵਜੇ ਨੂੰ ਤਾਰਾਂ ਵੱਢੀਆਂ ਪਈਆਂ। ਅਜੇ ਤਾਂ ਜਦੋਂ ਆ ਕੇ ਮੋਟਰ ਪਏ ਨੇ ਮੋਟਰ ਖੜੀ ਹੁੰਦੀ ਆ ਜੀ। ਆਹ ਸਾਹ ਤੁਸੀਂ ਵੇਖੋ ਵੀ ਸਾਡੀ ਆ ਮੇਰੀ ਮੋਟਰ ਪਿੰਡ ਤੋਂ, ਸਾਡੀਆਂ ਤੇਰੇ 3 ਆ ਮੋਟਰਾਂ ਪਿੰਡ ਤੋਂ, ਮੈਨੂੰ ਪਤਾ 3-3, 4-4 ਕਿੱਲੇ ਆ, ਬਸਤੀ ਨਾਲ ਸਾਹਮਣੇ ਘਰ ਆ, 12-13 ਘਰ ਆ, ਲਾਈਟਾਂ ਜਗਦੀਆਂ ਸੀਗੀਆਂ, ਇੱਥੋਂ ਹੀ ਲਾ ਕੇ ਲੈ ਗਏ ਏਡੇ ਚੋਰ ਜਿਹੜੇ ਉਹ ਨਿਡਰ ਹੋਏ ਹੋਏ ਆ, ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਆਹ ਘਰਾਂ ਦੇ ਨਾਲ ਸਾਡੀਆਂ ਮੋਟਰਾਂ ਪਿੰਡ ਦਾ, ਪਿੰਡ ਆ ਗਿਆ ਪਿੰਡ ਦੀ ਵਸਤੀ ਹੈ ਕਿ ਵਸਦੀ ਨਾਲ ਮੋਟਰ ਕਿੱਲੇ ਦੇ ਕੁਮਾਰ ਦੇ ਬਖਸ਼ੀਆਂ ਦਾ। ਹੁਣ ਦੇਖਣਾ ਇਹ ਹੋਵੇਗਾ ਕਿ ਕਾਰਵਾਈ ਕਦੋਂ ਤੱਕ ਹੁੰਦੀ ਹੈ ਅਤੇ ਇਹੋ ਜਿਹੇ ਲੁਟੇਰਿਆਂ ਨੂੰ ਕਦੋਂ ਤੱਕ ਫੜ ਕੇ ਜੇਲ੍ਹ ਵਿੱਚ ਦਿੱਤਾ ਜਾਂਦਾ ਹੈ।